ਉਹਦੇ ਵਿੱਚ ਚਾਰ ਅਸੀਂ ਸੈਂਪਲ ਇੰਡੀਆ ਬੇਕਰੀ ਤੋਂ ਭਰੇ ਸੀਗੇ ਅਤੇ ਉਹਦੇ ਵਿੱਚੋਂ ਦੋ ਸੈਂਪਲ ਸਟੈਂਡਰਡ ਆਏ ਨੇ, ਦੋ ਸਬ ਸਟੈਂਡਰਡ। ਜੇ ਗਲੂਕੋਜ਼ ਜੇ ਮਾਤਰਾ ਤੋਂ ਜ਼ਿਆਦਾ ਹੈ ਤਾਂ ਉਹ ਵੀ ਸਬ ਸਟੈਂਡਰਡ 'ਚ ਹੀ ਆਉਂਦਾ ਹੈ। ਕੇਕ ਖਾਣ ਨਾਲ ਹੋਏ ਬੱਚੇ ਦੀ ਮੌਤ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ। ਦੱਸ ਦਈਏ ਕਿ ਪਟਿਆਲਾ ਸ਼ਹਿਰ ਦੇ ਅਮਨ ਨਗਰ ਦੇ ਬੱਚੇ ਮਾਨਵੀ ਦੀ ਕੇਕ ਖਾਣ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਬੇਕਰੀ ਦੇ ਲਏ ਗਏ ਚਾਰ ਸੈਂਪਲਾਂ ਦੀ ਰਿਪੋਰਟ ਸਾਹਮਣੇ ਆਈ ਹੈ। ਇਹਨਾਂ ਵਿੱਚ ਦੋ ਸੈਂਪਲ ਸਟੈਂਡਰਡ ਪਾਏ ਗਏ ਨੇ ਜਦਕਿ ਦੋ ਸੈਂਪਲ ਸਬ ਸਟੈਂਡਰਡ ਪਾਏ ਗਏ ਨੇ। ਇਸਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਵਿਜੇ ਕੁਮਾਰ ਜਿੰਦਲ ਨੇ ਦੱਸਿਆ ਕਿ ਵਿਭਾਗ ਵੱਲੋਂ ਕੇਕ ਦੇ ਚਾਰ ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚ ਦੋ ਸਬ ਸਟੈਂਡਰਡ ਪਾਏ ਗਏ ਨੇ। ਉਹਨਾਂ ਦੱਸਿਆ ਕਿ ਕੇਕ ਦੀ ਕਰੀਮ ਨਿਰਧਾਰਿਤ ਨਿਯਮ ਪੂਰੇ ਨਹੀਂ ਕਰਦੀ। ਸਬ ਸਟੈਂਡਰਡ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਹਨਾਂ ਵਿੱਚ ਖਾਣ ਵਾਲੇ ਪਦਾਰਥਾਂ ਦੀ ਉਚਿਤ ਮਾਤਰਾ ਨਹੀਂ ਪਾਈ ਜਾਂਦੀ। ਇਸ ਸੰਬੰਧੀ ਉਹ ਹੁਣ ਬੇਕਰੀ ਨੂੰ ਨੋਟਿਸ ਕੱਢਣਗੇ, ਉਹਨਾਂ ਨੂੰ ਕਿਸੇ ਹੋਰ ਲੈਬੋਰਟਰੀ ਤੋਂ ਚੈੱਕ ਕਰਨ ਦਾ ਮੌਕਾ ਦਿੱਤਾ ਜਾਵੇਗਾ ਤੇ ਜੇਕਰ ਬੇਕਰੀ ਮਾਲਕ ਨੇ ਕਿਸੇ ਹੋਰ ਲੈਬ ਤੋਂ ਚੈੱਕ ਕਰਵਾਉਣ ਤੋਂ ਮਨਾ ਕਰ ਦਿੱਤਾ ਤਾਂ ਇਸ ਸੰਬੰਧੀ ਕੇਸ ਲਾਂਚ ਕੀਤਾ ਜਾਵੇਗਾ ਤੇ ਅੱਗੇ ਦਾ ਫੈਸਲਾ ਮਾਣਯੋਗ ਅਦਾਲਤ ਕਰੇਗੀ। ਇੱਥੇ ਦੱਸਣਯੋਗ ਹੈ ਕਿ ਅਮਰ ਨਗਰ ਦੀ ਰਹਿਣ ਵਾਲੀ ਮਾਨਵੀ ਜਿਸ ਦੀ ਕਿ ਉਮਰ ਮਹਿਜ਼ 10 ਸਾਲ ਸੀ ਅਤੇ ਆਪਣੇ ਜਨਮ ਦਿਨ ਤੇ ਕੇਕ ਖਾਣ ਨਾਲ ਉਸਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਥਾਣਾ ਅਨਾਜ ਮੰਡੀ ਦੀ ਪੁਲਿਸ ਵੱਲੋਂ ਕੁੱਲ ਚਾਰ ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਦੁਕਾਨ ਤੇ ਕੰਮ ਕਰਨ ਵਾਲੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸਰ, ਜਿਹੜੀ ਕੇਕ ਮਾਮਲੇ ਦੇ ਵਿੱਚ ਰਿਪੋਰਟ ਆਈ ਹੈ ਜੀ, ਕੀ ਕੁਛ ਆਏਗਾ ਉਹਦੇ ਵਿੱਚ? ਚਾਰ ਅਸੀਂ ਸੈਂਪਲ ਇੰਡੀਆ ਬੇਕਰੀ ਤੋਂ ਭਰੇ ਸੀਗੇ ਜਿਹੜੇ ਕੇਕ ਦੇ ਭਰੇ ਸੀ, ਉਹਦੇ ਵਿੱਚੋਂ ਦੋ ਸੈਂਪਲ ਸਟੈਂਡਰਡ ਆਏ ਨੇ, ਦੋ ਸਬ ਸਟੈਂਡਰਡ ਆਏ। ਸਰ, ਕੀ ਮਤਲਬ ਹੈ ਇਹਦਾ? ਸਬ ਸਟੈਂਡਰਡ ਦੇ ਵਿੱਚ ਜਿਹੜੀ ਉਹਦੇ ਵਿੱਚ ਕੋਈ ਚੀਜ਼ਾਂ ਪਾਈਆਂ ਹੁੰਦੀਆਂ ਨੇ ਜੇ ਤੈਅ ਮਾਤਰਾ ਤੋਂ ਘੱਟ ਜਾਂ ਵੱਧ ਆਉਂਦੀਆਂ ਨੇ ਹੈ ਉਹਨਾਂ ਨੂੰ ਸਬ ਸਟੈਂਡਰਡ ਕਿਹਾ ਜਾਂਦਾ। ਸਰ, ਖਾਣ ਵਾਲੀਆਂ ਚੀਜ਼ਾਂ ਨੂੰ ਸਰ ਕੋਈ ਪਤਾ ਲੱਗਿਆ ਕਿ ਗਲੂਕੋਜ਼ ਜਿਹੜਾ ਉਹ ਮਾਤਰਾ ਤੋਂ ਜ਼ਿਆਦਾ? ਜੇ ਗਲੂਕੋਜ਼ ਜੇ ਮਾਤਰਾ ਤੋਂ ਜ਼ਿਆਦਾ ਹੈ ਤਾਂ ਉਹ ਵੀ ਸਬ ਸਟੈਂਡਰਡ 'ਚ ਹੀ ਆਉਂਦਾ ਹੈ। ਜਿਹੜੇ ਸਬ ਸਟੈਂਡਰਡ ਨੇ ਉਹਨਾਂ ਦੇ ਨੋਟਸ ਕੱਟ ਦਿੱਤਾ, ਅੱਜ ਕੱਟ ਦਿੱਤਾ ਜਾਵੇਗਾ ਕਿਉਂਕਿ ਤੇ ਸੈਕੰਡਲੀ ਉਹਦੀ ਬਣਦੀ ਕਾਰਵਾਈ ਲਈ ਮਾਨਯੋਗ ਅਦਾਲਤ ਦੇ ਵਿੱਚ ਉਹਨੂੰ ਲਾ ਦਿੱਤਾ ਜਾਵੇਗਾ। ਸਰ, ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਦੁਬਾਰਾ ਤੋਂ ਜਿਵੇਂ ਦੁਕਾਨ ਸੀਗੀ ਕਈ ਵਾਰ ਖੋਲ੍ਹੀ ਗਈ ਹੈ ਕਿ ਕੋਈ ਸਿਹਤ ਵਿਭਾਗ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਕਿ ਉਸ ਦੁਕਾਨ ਨੂੰ ਜਿਹੜਾ ਕੀਤਾ ਜਾਵੇ ਜੀ, ਸੀਲ ਕੀਤਾ ਜਾਵੇ? ਨਹੀਂ, ਇਹੋ ਜਿਹਾ ਕੋਈ ਸੀਲ ਕਰਨ ਦਾ ਕੋਈ ਪ੍ਰਾਵਧਾਨ ਨਹੀਂ ਹੈਗਾ ਅਜਿਹੇ ਕੇਸਾਂ ਦੇ ਵਿੱਚ, ਅਤੇ ਉਸ ਦੀ ਅਸੀਂ ਥਾਰੋਲੀ ਚੈਕਿੰਗ ਕਰ ਲਿੱਤੀ ਹੈ। ਸਰ, ਕੁਛ ਸਪੈਸ਼ਲ ਕੋਈ ਸਬਸਟਾਂਸ ਮਿਲੇਗਾ ਜਿਵੇਂ ਗਲੂਕੋਜ਼ ਤੁਸੀਂ ਦੱਸਿਆ, ਕੋਈ ਸਪੈਸ਼ਲ ਸਬਸਟਾਂਸ ਮਿਲੇ ਜਿਹੜਾ ਮਾਤਰਾ ਤੋਂ ਵੱਧ? ਨੋ। ਚੜ੍ਹਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਦੀ ਖਾਸ ਰਿਪੋਰਟ।